ਟਾਂਡਾ ਦੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਪੁਲਿਸ ਨੂੰ ਇੱਕ ਲਵਾਰਿਸ ਗੱਡੀ ਮਿਲੀ ਅਤੇ ਇਹ ਲਵਾਰਿਸ ਗੱਡੀ ਸ਼ਰਾਬ ਦੀ ਪੇਟੀਆਂ ਦੇ ਨਾਲ ਲੱਦੀ ਹੋਈ ਸੀ। ਮੌਕੇ ਤੇ ਹੀ ਪੁਲਿਸ ਦੇ ਵੱਲੋਂ ਇੱਕ ਟੀਮ ਭੇਜੀ ਜਾਂਦੀ ਹੈ ਅਤੇ ਜੋ ਪੇਟੀਆਂ ਨੇ ਉਹਨਾਂ ਨੂੰ ਕਬਜ਼ੇ ਵਿੱਚ ਲਿਆ ਜਾਂਦਾ ਹੈ ਅਤੇ ਇਸ ਸੰਬੰਧੀ ਜੋ ਮਾਮਲਾ ਹੈ ਉਹ ਵੀ ਦਰਜ ਕਰ ਲਿਆ ਜਾਂਦਾ। ਖਬਰ ਟਾਂਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਇੱਕ ਲਵਾਰਿਸ ਗੱਡੀ ਕਾਫੀ ਦੇਰ ਤੋਂ ਖੜ੍ਹੀ ਸੀ ਅਤੇ ਸਥਾਨਕ ਲੋਕਾਂ ਨੇ ਜਦ ਕਈ ਘੰਟੇ ਤੱਕ ਇਸ ਗੱਡੀ ਨੂੰ ਉੱਥੇ ਹੀ ਖੜਿਆ ਦੇਖਿਆ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਦੇਖਿਆ ਕਿ ਗੱਡੀ ਦਾ ਪਿਛਲਾ ਟਾਇਰ ਪੈਂਚਰ ਸੀ ਅਤੇ ਇਸ ਦੇ ਵਿੱਚ ਸ਼ਰਾਬ ਲੱਦੀ ਹੋਈ ਸੀ। ਪੁਲਿਸ ਦੇ ਵੱਲੋਂ ਜਦ ਇਸ ਦੇ ਸੰਬੰਧੀ ਛਾਣਬੀਨ ਕੀਤੀ ਗਈ ਗੱਡੀ ਦੇ ਵਿੱਚ ਤਾਂ ਪਾਇਆ ਗਿਆ ਕਿ ਸ਼ਰਾਬ ਦੀਆਂ ਜੋ ਪੇਟੀਆਂ ਸੀ ਉਹਨਾਂ 'ਤੇ ਜੋ ਬੈਚ ਨੰਬਰ ਸੀ ਉਹ ਮਿਟਿਆ ਹੋਇਆ ਸੀ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਮੌਕੇ 'ਤੇ ਹੀ ਜੋ ਗੱਡੀ 'ਚ ਪੇਟੀਆਂ ਪਈਆਂ ਹੋਈਆਂ ਸੀ ਸ਼ਰਾਬ ਦੀਆਂ ਉਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਜੋ ਮਾਮਲਾ ਉਹ ਦਰਜ ਕਰ ਲਿਆ ਗਿਆ। ਖਬਰ ਟਾਂਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਕਾਫੀ ਸਮੇਂ ਤੋਂ ਇੱਕ ਗੱਡੀ ਖੜ੍ਹੀ ਸੀ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਆਈਟਨ ਗੱਡੀ ਹੈ ਇਹ ਸ਼ਰਾਬ ਦੀ ਪੇਟੀਆਂ ਦੇ ਨਾਲ ਲੱਦੀ ਹੋਈ ਸੀ ਅਤੇ ਸਥਾਨਕ ਲੋਕਾਂ ਨੇ ਜਦ ਦੇਖਿਆ ਕਿ ਇਸ ਵਿੱਚ ਸ਼ਰਾਬ ਪਈ ਹੋਈ ਹੈ ਅਤੇ ਕਈ ਘੰਟਿਆਂ ਤੋਂ ਇਹ ਗੱਡੀ ਇੱਥੇ ਹੀ ਖੜ੍ਹੀ ਹੈ ਤਾਂ ਉਹਨਾਂ ਦੇ ਵੱਲੋਂ ਇਸ ਸੰਬੰਧੀ ਜੋ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਅਤੇ ਮੌਕੇ 'ਤੇ ਹੀ ਪੁਲਿਸ ਪਹੁੰਚੀ ਅਤੇ ਉਹਨਾਂ ਨੇ ਜਦ ਦੇਖਿਆ ਕਿ ਜੋ ਸ਼ਰਾਬ ਦੀ ਪੇਟੀਆਂ ਹੈ ਇਹਨਾਂ ਤੋਂ ਬੈਚ ਨੰਬਰ ਗਾਇਬ ਹੈ ਅਤੇ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਜੋ ਮਾਮਲਾ ਉਹ ਦਰਜ ਕਰ ਲਿਆ ਗਿਆ ਅਤੇ ਨਾਲ ਹੀ ਲੋਕਾਂ ਨੂੰ ਇੱਕ ਅਪੀਲ ਵੀ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਪੰਚਾਇਤੀ 'ਚ ਉਹਨਾਂ ਨੂੰ ਲੈ ਕੇ ਜੋ ਐਲਾਨ ਕੀਤਾ ਗਿਆ ਤਾਂ ਉਸ ਦੇ ਵਿਚਾਲੇ ਜੇ ਕਿਤੇ ਵੀ ਕੁਝ ਅਜਿਹੀ ਹਰਕਤ ਲੋਕਾਂ ਨੂੰ ਦੇਖਣ ਨੂੰ ਮਿਲਦੀ ਹੈ ਤਾਂ ਉਹ ਜਲਦ ਤੋਂ ਜਲਦ ਲੋਕਾਂ ਨੂੰ ਸੂਚਿਤ ਕਰਨ। ਖਬਰ ਟਾਂਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਇਹ ਲਵਾਰਿਸ ਗੱਡੀ ਤੋਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਨੇ। ਅੱਜ ਏਐਸਏ ਕੁਲਦੀਪ ਸਿੰਘ ਵਿੱਦ ਪੁਲਿਸ ਪਾਰਟੀ ਟਾਂਡਾ ਰਾਮ ਸਹਾਇ ਮੋੜ 'ਤੇ ਤੈਨਾਤ ਸੀ, ਜਿੱਥੇ ਉਸਨੂੰ ਇੱਕ ਲੋਕ ਸੇਵਕ ਨੇ ਇਤਲਾਹ ਦਿੱਤੀ ਕਿ ਪਿੰਡ ਖਾਨਪੁਰ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਇੱਕ ਲਵਾਰਿਸ ਗੱਡੀ ਵੀ ਜਿਹਦਾ ਨੰਬਰ ਹੈਗਾ I-10 ਗੱਡੀ ਨੰਬਰ ਹੈਗਾ PV54D00029 ਖੜ੍ਹੀ ਆ, ਜਿਹਦੇ ਵਿੱਚ ਸ਼ਰਾਬ ਲੱਦੀ ਹੋਈ ਆ ਅਤੇ ਉਹਦਾ ਕਾਰ ਦਾ ਪਿਛਲਾ ਟਾਇਰ ਪੈਂਚਰ ਆ। ਜੋ ਏਸੀ ਕੁਲਦੀਪ ਸਿੰਘ ਨੇ ਮੁਕੱਦਮਾ ਨੰਬਰ 153 ਐਕਸਾਈਜ਼ ਐਕਟ ਅਧੀਨ ਦਰਜ ਕਰਕੇ ਮੌਕੇ 'ਤੇ ਪੁੱਜਾ। ਮੌਕੇ 'ਤੇ ਗੱਡੀ ਨੂੰ ਚੈੱਕ ਕੀਤਾ, ਚੈੱਕ ਕਰਨ ਦੇ ਉਦੋਂ 10 ਪੇਟੀਆਂ ਮਕਡਬਲ ਦੀਆਂ ਸੀਲਬੰਦ ਬਰਾਮਦ ਹੋਈਆਂ, ਜਿਨ੍ਹਾਂ 'ਤੇ ਮਾਰਕਾ ਜਿਹੜਾ ਬੈਚ ਨੰਬਰ ਆ ਕੋਈ ਨਹੀਂ ਲੱਗਾ ਹੋਇਆ ਸੀ, ਮਿਟਾਇਆ ਹੋਇਆ ਸੀਗਾ, ਪਰ ਉਹਦੇ ਉੱਤੇ ਫਾਰ ਸੇਲ ਇਨ ਪੰਜਾਬ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਮੈਂ ਆਮ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਕਿ ਇਲੈਕਸ਼ਨ ਦੇ ਦਿਨ ਆ ਗਿਆ, ਪੰਚਾਇਤੀ ਚੋਣਾਂ ਦਾ ਅਨਾਊਂਸ ਹੋ ਗਈਆਂ ਵਾਂ, ਇਸ ਕਰਕੇ ਜੇ ਕੋਈ ਇਸ ਤਰ੍ਹਾਂ ਦੀ ਲਵਾਰਸ ਚੀਜ਼ ਗੱਡੀ ਖੜ੍ਹੀ ਆ ਕਿਤੇ, ਕੋਈ ਇੱਦਾਂ ਦੀ ਇਤਲਾਹ ਮਿਲਦੀ ਹੈ ਤਾਂ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ, ਅਤੇ ਸ਼ਰਾਬ ਦੀਆਂ ਇੱਦਾਂ ਦੀਆਂ ਜੇ ਕੋਈ ਇੱਦਾਂ ਦੀ ਆਈ ਧਿਆਨ ਵਿੱਚ ਤਾਂ ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਲਿਆ ਜਾਊਗਾ।